ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਵੱਲੋਂ ਵੀਸੀ ਦੇ ਉੱਤੇ ਯੌਨ ਉਤਪੀੜਨ ਦੇ ਇਲਜ਼ਾਮ ਤੋਂ ਬਾਅਦ ਵੀਸੀ ਦੇ ਹੱਕ ਵਿੱਚ ਸਟੂਡੈਂਟ ਆਏ ਹਨ। ਗੁਰਪ੍ਰੀਤ ਕੌਰ ਸਟੂਡੈਂਟ ਦੇ ਮੁਤਾਬਿਕ ਮਹਿਲਾ ਪ੍ਰੋਫੈਸਰ ਵੱਲੋਂ ਉਹਨਾਂ ਨੂੰ ਗੱਲ ਤੇ ਉਤਪੀੜਨ ਕੀਤਾ ਜਾਂਦਾ ਸੀ ਅਤੇ ਸ਼ਿਕਾਇਤ ਕਰਨ ਤੇ ਮਹਿਲਾ ਪ੍ਰੋਫੈਸਰ ਵੱਲੋਂ ਸਟੂਡੈਂਟ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਜਾਂਦੀ ਸੀ। ਸਾਡੇ ਮੰਗ ਹੈ ਕਿ ਜੇ ਇਹਨਾਂ ਨੂੰ ਅੱਜ ਵੀ ਲੱਗਦਾ ਕਿ ਅਸੀਂ ਗਲਤ ਹੈਗੇ ਹਾਂ ਤੇ ਸਾਡੀਆਂ ਡਿਗਰੀਆਂ ਸੀ ਇੰਨੇ ਬੰਦੇ ਬੈਠੇ ਅੱਜ ਦੇ ਅੱਜ ਰੱਦ ਕੀਤੀਆਂ ਜਾਣ ਤੇ ਜੇ ਉਹ ਲੇਡੀ ਗਲਤ ਆ ਤੇ ਉਹਨਾਂ ਦੇ ਸਮਾਵਾਂ ਅੱਜ ਦੇ ਅੱਜ ਬਿਲਕੁਲ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਜਿਹੜੇ ਸਮਾਵਾਂ ਰੱਦ ਕੀਤੀਆਂ ਜਾਣ। ਅਸੀਂ ਬਹੁਤ ਜ਼ਿਆਦਾ ਅੱਕ ਚੁੱਕੇ ਹਾਂ ਪਹਿਲਾਂ ਵੀ ਸਾਡੀ ਮੰਗ ਇਹੋ ਹੀ ਸੀ ਪਹਿਲਾਂ ਵੀ ਸਾਡੀ ਮੰਗ ਇਹ ਅਸੀਂ ਅੱਜ ਦੇ ਅੱਜ ਡਿਗਰੀਆਂ ਛੱਡਣ ਨੂੰ ਤਿਆਰ ਹਾਂ ਜੇ ਅਸੀਂ ਗਲਤ ਸਾਬਤ ਹੁੰਦੇ ਹਾਂ ਤੇ ਸਾਨੂੰ ਮੈਡਮ ਕਲਾਸ ਦੇ ਵਿੱਚ ਹਰ ਗੱਲ ਤੇ ਟੌਰਚਰ ਕਰਦੇ ਆ ਤੁਸੀਂ ਸਾਡੀਆਂ ਸ਼ਿਕਾਇਤਾਂ ਕੀਤੀਆਂ ਜਾਂ ਜੋ ਵੀ ਕੀਤਾ ਤੁਸੀਂ ਸਾਡੇ ਨਾਲ ਤੁਸੀਂ ਮੇਰੇ ਖਿਲਾਫ ਇੰਨਾ ਕੁਛ ਕੀਤਾ ਪਰ ਤੁਸੀਂ ਮੈਨੂੰ ਮੇਰਾ ਕੁਛ ਨਹੀਂ ਵਿਗਾੜ ਸਕੇ ਮੇਰੀ ਪਾਪੂਲੈਰਿਟੀ ਵੱਧ ਰਹੀ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਾਲ ਟੌਰਚਰ ਕੀਤਾ ਜਾ ਰਿਹਾ। ਮੇਰਾ ਨਾਮ ਗੁਰਸੇਵਕ ਸਿੰਘ ਐਮ ਪੀ ਏ ਫੋਰਥ ਸਮੈਸਟਰ ਦਾ ਸਟੂਡੈਂਟ ਹਾਂ। ਡਾਕਟਰ ਗੁਰਪ੍ਰੀਤ ਕੌਰ ਜੋ ਕਿ ਸਾਡੇ ਪਿਛਲੇ ਹੈੱਡ ਸੀਗੇ ਉਹਨਾਂ ਵੱਲੋਂ ਸਾਨੂੰ ਸਾਰਿਆਂ ਨੂੰ ਸਾਰੇ ਸਟੂਡੈਂਟਸ ਨੂੰ ਬਹੁਤ ਤੰਗ ਕੀਤਾ ਗਿਆ ਸੀ ਜਿਸ ਕਰਕੇ ਅਸੀਂ ਵੀ ਸੀ ਸਰ ਦੇ ਕੋਲ ਐਪਲੀਕੇਸ਼ਨ ਆਪਣਾ ਲੈ ਕੇ ਗਏ ਸੀਗੇ ਡੀਨ ਸਰ ਦੇ ਕੋਲ। ਉਹਨਾਂ ਨੇ ਉਹਨੂੰ ਮਤਲਬ ਕਿ ਕਰਦਿਆਂ ਹੋਇਆਂ ਉੱਤੇ ਫੈਸਲਾ ਲੈ ਕੇ ਇਹਨਾਂ ਨੂੰ ਹੈੱਡ ਦੇ ਅਹੁਦੇ ਤੋਂ ਲਾਇਆ ਸੀਗਾ, ਠੀਕ ਆ। ਪਰ ਉਸ ਅਹੁਦੇ ਤੋਂ ਉਤਰਨ ਤੋਂ ਬਾਅਦ ਵੀ ਇਹ ਅੱਜ ਤੱਕ ਸਾਨੂੰ ਕਹਿੰਦੇ ਆਏ ਆ ਕਿ ਮੈਂ ਦੁਬਾਰਾ ਹੈੱਡ ਦੇ ਅਹੁਦੇ 'ਤੇ ਬਹਿਣਾ ਆ, ਮੈਂ ਇੱਦਾਂ ਕਰਨੀ ਆ, ਮੈਂ ਉੱਦਾਂ ਕਰਨੀ ਆ। ਮਤਲਬ ਕਿ ਸਾਡੇ ਨਾਲ ਉਹ ਕੀਤਾ ਜਾ ਰਿਹਾ ਕਿ ਸਾਨੂੰ ਮੈਂਟਲੀ ਉਹ ਕਰਕੇ ਨਾ ਕਿ ਅਸੀਂ ਮਤਲਬ ਉਹ ਮੈਂਟਲੀ ਤੌਰ 'ਤੇ ਪਰੇਸ਼ਾਨ ਹੋ ਜਾਈਏ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਵਾਪਸ ਆ ਜਾਈਏ ਮੁੜ ਜਾਈਏ ਜੋ ਅਸੀਂ ਕਰ ਰਹੇ ਹਾਂ ਕਿ ਇਹਨਾਂ ਦੇ ਅਸੀਂ ਉਹਨਾਂ ਨੂੰ ਕਹੀਏ ਕਿ ਨਹੀਂ ਸਾਡੇ ਨਾਲ ਤੁਹਾਡਾ ਕੋਈ ਨਹੀਂ ਹੈਗਾ, ਇੱਦਾਂ ਦਾ ਕੁਛ ਨਹੀਂ ਹੈਗਾ। ਪਰ ਜਦੋਂ ਅਸੀਂ ਪਰੇਸ਼ਾਨ ਹੋਏ ਹਾਂ ਤਾਂ ਅਸੀਂ ਉੱਥੇ ਹੀ ਅੱਜ ਵੀ ਕਿ ਸਾਨੂੰ ਉਹ ਫੈਸਲਾ ਚਾਹੀਦਾ ਆ ਜਿਹੜਾ ਅਸੀਂ ਮੰਗ ਕੀਤੀ ਸੀ ਪਹਿਲਾਂ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।